ਭਾਰਤੀ ਫੌਜ ਵਿੱਚ ਅਗਨੀ ਪੀਰਾਂ ਦੀ ਭਰਤੀ ਲਈ ਰੈਲੀ 10 ਤੋਂ 20 ਅਗਸਤ ਤੱਕ ਲੁਧਿਆਣਾ ਦੇ ਸੀਜੀ ਕੰਪਲੈਕਸ ਨੇੜੇ ਦੁਰਗਾ ਮਾਤਾ ਮੰਦਿਰ 'ਚ ਕਰਵਾਈ ਜਾਵੇਗੀ ਪੀਆਰਓ ਡਿਫੈਂਸ ਵੱਲੋਂ ਜਾਰੀ ਇੱਕ ਪ੍ਰੈਸ ਨੋਟ 'ਚ ਦੱਸਿਆ ਗਿਆ ਕਿ ਰੈਲੀ ਦੌਰਾਨ ਪੰਜਾਬ ਦੇ 4 ਜ਼ਿਲ੍ਹਿਆਂ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸਐਸ ਨਗਰ ਯਾਨੀ ਮੋਹਾਲੀ ਦੇ ਉਮੀਦਵਾਰਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਇਸ ਦੌਰਾਨ ਅਗਨੀਵੀਰ ਜਰਨਲ ਡਿਊਟੀ, ਅਗਨੀਵੀਰ ਤਕਨੀਕੀ, ਅਗਨੀਵੀਰ ਕਲਰਕ, ਸਟੋਰ ਕੀਪਰ ਅਤੇ ਅਗਨੀਵੀਰ ਟ੍ਰੇਡਸਮੈਨ ਤਹਿਤ ਭਰਤੀ ਕੀਤੀ ਜਾਪੇਗੀ 8ਵੀਂ ਅਤੇ 10ਵੀਂ ਜਮਾਤ ਪਾਸ ਉਮੀਦਵਾਰ ਵ ਲਿ ਰਜਿਸਟ੍ਰੇਸ਼ਨ ਵੈਬਸਾਈਟ www.joinindianarmy.nic.in ਤੇ 30 ਜੁਲਾਈ 2022 ਤੱਕ ਕਰਵਾਈ ਜਾ ਸਕਦੀ ਹੈ ਜਿਹੜੇ ਉਮੀਦਵਾਰ ਆਨਲਾਈਨ ਅਪਲਾਈ ਕਰਨਗੇ ਉਹੀ ਇਸ ਰੈਲੀ ਚ ਸ਼ਾਮਲ ਹੋਣ ਦੇ ਯੋਗ ਹੋਣਗੇ ਦਾਖਲਾ ਕਾਰਡ 1 ਅਗਸਤ 2022 ਤੋਂ ਆਨਲਾਈਨ ਜਾਰੀ ਕੀਤੇ ਜਾਣਗੇ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਉਮੀਦਵਾਰ ਆਨਲਾਈਨ ਮੋਬਾਈਲ ਐਪਲੀਕੇਸ਼ਨ ਆਰਮੀ ਕਾਲਿੰਗ ਤੋਂ ਪਰਤੀ ਸੰਬੰਧੀ ਸਾਰੇ ਸਵਾਲਾਂ ਨੂੰ ਸਪਸ਼ਟ ਕਰ ਸਕਦੇ ਨੇ ਇਸ ਐਪਲੀਕੇਸ਼ਨ ਚ ਲਾਈਵ ਚੈਟ ਦੀ ਸਹੂਲਤ ਵੀ ਉਪਲਬਧ ਹੈ ਇਸ ਐਪਲੀਕੇਸ਼ਨ ਨੂੰ Google Play Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।